ਹਾਂਜੀ ਸਤਿ ਸ਼੍ਰੀ ਅਕਾਲ ਜੀ, ਅੱਜ ਦੀ ਆਪਣੀ ਵੀਡੀਓ ਸਾਊਥ ਕੋਰੀਆ ਦੇ ਵਿੱਚ ਆਪਾਂ ਐਡਮਿਸ਼ਨ ਲੈਣਾ, ਸਟੱਡੀ ਵੀਜ਼ਾ ਅਪਲਾਈ ਕਰਨਾ। ਮੈਂ ਤੁਹਾਨੂੰ ਯੂਨੀਵਰਸਿਟੀ ਦਾ ਨਾਮ, ਮੈਂ ਯੂਨੀਵਰਸਿਟੀ ਦਾ ਪ੍ਰੋਸੈਸ ਅਤੇ ਇਕੱਲੀ ਇਕੱਲੀ ਚੀਜ਼ ਮੈਂ ਡਾਕੂਮੈਂਟਸ ਦੇ ਬਾਰੇ ਦੱਸੂੰਗਾ ਜਿਹੜੇ ਕਿ ਆਪਾਂ ਨੂੰ ਸਾਊਥ ਕੋਰੀਆ ਦਾ ਸਟੱਡੀ ਵੀਜ਼ਾ ਲੈਣ ਦੇ ਵਿੱਚ ਆਪਾਂ ਨੂੰ ਚਾਹੀਦੇ ਆ। ਦੇਖੋ, ਸਭ ਤੋਂ ਪਹਿਲਾਂ ਤਾਂ ਪਹਿਲਾ ਡਾਊਟ ਇਹ ਹੈ ਕਿ ਆਪਾਂ ਨੂੰ ਲੱਗਦਾ ਹੈ ਕਿ ਇੰਡੀਅਨ ਸਟੂਡੈਂਟ ਦਾ ਸਾਊਥ ਕੋਰੀਆ ਦਾ ਸਟੱਡੀ ਵੀਜ਼ਾ ਨਹੀਂ ਆਉਂਦਾ। ਸੋ ਸਟੱਡੀ ਵੀਜ਼ਾ ਨਾ ਆਉਣ ਦੇ ਵਿੱਚ ਜਿਹੜਾ ਸਭ ਤੋਂ ਮੇਨ ਕਾਰਨ ਹੈ ਉਹ ਹੈ ਤੁਹਾਡੇ ਫੰਡ। ਫੰਡ ਜਿਹੜਾ ਤੁਹਾਡੇ ਕੋਲ ਹੋਣਾ ਚਾਹੀਦਾ ਉਹ ਜੈਨੂਅਨ ਫੰਡ ਹੋਣਾ ਜ਼ਰੂਰੀ ਹੈ, ਜਿਵੇਂ ਕਿ ਫੰਡ ਸਿਰਫ ਤੁਹਾਡੇ ਪੇਰੈਂਟਸ ਦੇ ਅਕਾਊਂਟ ਦੇ ਵਿੱਚ ਜਾਂ ਤੁਹਾਡੇ ਅਕਾਊਂਟ ਦੇ ਵਿੱਚ, ਤੁਹਾਡੇ ਬ੍ਰਦਰ ਦੇ ਅਕਾਊਂਟ ਵਿੱਚ, ਤੁਹਾਡੀ ਸਿਸਟਰ ਦੇ ਅਕਾਊਂਟ ਵਿੱਚ ਫੰਡ ਬਿਲਕੁਲ ਵੀ ਨਹੀਂ ਚੱਲੂਗਾ। ਤੁਸੀਂ ਆਪਣੇ ਦਾਦਾ ਜੀ ਦੇ ਅਕਾਊਂਟ ਦੇ ਵਿੱਚ, ਗ੍ਰੈਂਡ ਫਾਦਰ ਦੇ ਅਕਾਊਂਟ ਵਿੱਚ ਵੀ ਫੰਡ ਦਿਖਾ ਸਕਦੇ ਹੋ। ਸਭ ਤੋਂ ਪਹਿਲਾ ਰੀਜ਼ਨ ਵੀਜ਼ਾ ਲੈਣ ਦਾ ਇਹ ਹੈ, ਗੈਪ ਤੁਹਾਡਾ ਜਿੰਨਾ ਮਰਜ਼ੀ ਹੈ, ਇਹ ਜਿੰਨੀ ਮਰਜ਼ੀ ਹੈ, ਕੋਈ ਚੱਕਰ ਨਹੀਂ। ਜੇ ਉਸ ਦੇ ਵਿੱਚ ਤੁਸੀਂ ਇੱਕ ਐਕਸਪੀਰੀਅੰਸ ਲੈਟਰ ਨਾਲ ਅਟੈਚ ਕਰ ਦੋਗੇ, ਦੈਨ ਤੁਹਾਡਾ ਐਡਮਿਸ਼ਨ ਲੈਟਰ ਐਂਡ ਵੀਜ਼ਾ ਆ ਜੂਗਾ। ਹੁਣ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਸਿਮਯੋਕ ਯੂਨੀਵਰਸਿਟੀ। ਇਹ ਯੂਨੀਵਰਸਿਟੀ ਹੈਗੀ ਹੈ, ਇਹ ਸੋਲ ਦੇ ਵਿੱਚ ਹੈ, ਠੀਕ ਹੈ, ਸੋਲ ਸਾਊਥ ਕੋਰੀਆ ਦਾ ਕੈਪੀਟਲ ਹੈ। ਕੀ ਤੁਹਾਨੂੰ ਕੋਈ ਵੀ ਏਜੰਟ ਯੂਨੀਵਰਸਿਟੀ ਦੇ ਬਾਰੇ ਕੀ ਮੈਨੂੰ ਤੁਸੀਂ ਦੱਸੋ ਕਿ ਮੈਨੂੰ ਦੱਸਦਾ? ਤੁਹਾਨੂੰ ਬਿਲਕੁਲ ਨਹੀਂ ਤੁਹਾਨੂੰ ਪਤਾ ਲੱਗਦਾ। ਹੁਣ ਸਭ ਤੋਂ ਬੈਨੀਫਿਟ ਕੀ ਹੈ ਇਸ ਯੂਨੀਵਰਸਿਟੀ ਵਿੱਚ ਅਪਲਾਈ ਕਰਨ ਦਾ? ਸਭ ਤੋਂ ਬੈਨੀਫਿਟ ਇਹ ਹੈ ਕਿ ਇਸ ਯੂਨੀਵਰਸਿਟੀ ਵਿੱਚ ਤੁਸੀਂ ਜਦੋਂ ਅਪਲਾਈ ਕਰੋਗੇ ਤੁਹਾਨੂੰ ਡਾਕੂਮੈਂਟਸ ਨੂੰ ਕੋਰੀਅਰ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ। ਤੁਸੀਂ ਸਿਰਫ ਪਹਿਲਾਂ ਆਪਣੇ ਡਾਕੂਮੈਂਟ ਨੂੰ ਅਪੋਸਟਾਈਲ ਕਰਵਾਉਣਾ, 10ਵੀਂ 12ਵੀਂ ਜਾਂ ਆਪਣੇ ਜੋ ਵੀ ਲਾਸਟ ਸਟੱਡੀ ਕੀਤੀ ਹੈ, ਆਪਣੇ ਅਕੈਡਮਿਕ ਡਾਕੂਮੈਂਟਸ ਨੂੰ ਅਪੋਸਟਾਈਲ ਕਰਵਾ ਕੇ ਫਿਰ ਆਪਣੇ ਡਾਕੂਮੈਂਟ ਦੇ ਨਾਲ ਆਪਣੀ ਬੈਂਕ ਦੀ ਸਟੇਟਮੈਂਟ, ਬੈਂਕ ਦਾ ਬੈਲੈਂਸ ਸਰਟੀਫਿਕੇਟ, ਤੁਹਾਡੀ 2 ਜਾਂ 3 ਸਾਲ ਦੀਆਂ ਇਨਕਮ ਟੈਕਸ ਦੀਆਂ ITR, ਆਪਣਾ ਜੋਬ ਦਾ ਪ੍ਰੋਫਾਈਲ, ਤੁਹਾਡੇ MSME ਜਾਂ ਜੋਬ ਦੀ ਕੀ ਪੋਜੀਸ਼ਨ ਹੈ, ਉਹ ਡਾਕੂਮੈਂਟ ਅਪਲੋਡ ਕਰਨਾ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਪਰ, ਦੈਨ ਤੁਹਾਨੂੰ ਯੂਨੀਵਰਸਿਟੀ ਐਡਮਿਸ਼ਨ ਲੈਟਰ ਦੇ ਦੂਗੀ। ਹੁਣ ਕਈ ਸਟੂਡੈਂਟ ਕੀ ਕਰਨਗੇ, ਜਾਂ ਮਤਲਬ ਕਿ ਕਹਿਣਗੇ ਜਾਂ ਮੈਂ ਡਾਇਰੈਕਟ ਅਸੀਂ ਯੂਨੀਵਰਸਿਟੀ ਨੂੰ ਮੇਲ ਪਾ ਦਿੰਦੇ ਹਾਂ। ਉਸ ਦੇ ਵਿੱਚ ਤੁਸੀਂ ਯੂਨੀਵਰਸਿਟੀ ਨੂੰ ਮੇਲ ਪਾ ਦੋਗੇ, ਬਟ ਯੂਨੀਵਰਸਿਟੀ ਬਿਲਕੁਲ ਵੀ ਇੰਡੀਅਨ ਸਟੂਡੈਂਟ ਨੂੰ ਐਡਮਿਸ਼ਨ ਨਹੀਂ ਦਿੰਦੀ। ਉਸ ਦਾ ਸਭ ਤੋਂ ਵੱਡਾ ਰੀਜ਼ਨ ਕੀ ਹੈ? ਉਸ ਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਇੰਡੀਅਨ ਸਟੂਡੈਂਟ ਉੱਥੇ ਜਾ ਕੇ ਸਟੱਡੀ ਨਹੀਂ ਕਰਦੇ, ਉੱਥੇ ਜਾ ਕੇ ਜੀਵਨ ਕਾਰਡ ਅਪਲਾਈ ਕਰ ਲੈਂਦੇ ਆ। ਸਾਡੇ ਬਹੁਤ ਸਟੂਡੈਂਟ ਯੂਨੀਵਰਸਿਟੀ ਆਪਣੇ ਸਿਮਯੋਕ ਦੇ ਵਿੱਚ ਪੜ੍ਹ ਰਹੇ ਨੇ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਆਪਣੇ ਪਿਛਲੀ ਵੀਡੀਓ ਅਪਲੋਡ ਕੀਤੀ ਸੀਗੀ, ਜਿਵੇਂ ਕਿ ਦਿਲਪ੍ਰੀਤ, ਰਮਨਪ੍ਰੀਤ ਜਾਂ ਹੋਰ ਵੀ ਸਟੂਡੈਂਟ ਜਿਵੇਂ ਕਿ ਮੇਗਾ, ਇਹ ਸਟੂਡੈਂਟ ਸਾਡੇ ਜਿਹੜੇ ਹੈਗੇ ਸੀਗੇ ਇਹ ਯੂਨੀਵਰਸਿਟੀ ਆਫ ਮਤਲਬ ਕਿ ਆਪਣੇ ਸਿਮਯੋਕ ਦੇ ਵਿੱਚ ਇਸ ਟਾਈਮ ਸਟੱਡੀ ਕਰ ਰਹੇ ਨੇ। ਹੁਣ ਸਭ ਤੋਂ ਜਿਹੜਾ ਇਸ ਟਾਈਮ ਮੈਂ ਤੁਹਾਨੂੰ ਗੱਲ ਦੱਸਾਂ ਕਿ ਯੂਨੀਵਰਸਿਟੀ ਤੁਹਾਨੂੰ ਇਹੀ ਗੱਲ ਕਹੂਗੀ ਕਿ ਤੁਸੀਂ ਇਸ ਟਾਈਮ ਨਾ ਅਪਲਾਈ ਕਰੋ ਜਾਂ ਵੀਜ਼ਾ ਨਹੀਂ ਆਉਂਦਾ ਜਾਂ ਵੀਜ਼ਾ ਨਹੀਂ ਆ ਰਿਹਾ। ਸੋ ਇਸ ਦਾ ਸਭ ਤੋਂ ਮੈਂ ਇੱਕ ਗੱਲ ਕਹੂੰਗਾ, ਜੇ ਤੁਸੀਂ ਜੈਨੂਅਨ ਸਟੂਡੈਂਟ ਹੋ ਫਿਰ ਅਸੀਂ ਆਪਣੇ ਤਰਫ ਤੋਂ ਅਪਲਾਈ ਕਰਾਂਗੇ। ਉਸ ਦਾ ਸਭ ਤੋਂ ਵੱਡਾ ਰੀਜ਼ਨ ਅਪਲਾਈ ਕਰਨ ਦਾ ਕੀ ਹੈ ਕਿ ਮੈਂ ਆਪਣੀ ਗਰੰਟੀ ਲੈ ਰਿਹਾ, ਮੈਂ ਗਰੰਟੀ ਲੈ ਰਿਹਾ, ਮੈਂ ਆਪਣੀ ਲਾਈਸੈਂਸ ਦੀ ਕਾਪੀ ਯੂਨੀਵਰਸਿਟੀ ਨੂੰ ਭੇਜੀ ਹੋਈ ਹੈ। ਈਵਨ ਕਿ ਸਾਡੇ ਨਾਲ
ਯੂਨੀਵਰਸਿਟੀ ਦਾ ਬਕਾਇਦੇ ਪ੍ਰੋਪਰ ਐਗਰੀਮੈਂਟ ਹੋਇਆ ਹੋਇਆ, ਜਿਸ ਦੇ ਨਾਲ ਉਹ ਸਾਡੇ 'ਤੇ ਪ੍ਰੋਪਰ ਟਰੱਸਟ ਕਰਕੇ ਤੁਹਾਨੂੰ ਐਡਮਿਸ਼ਨ ਲੈਟਰ ਦੇਣਗੇ। ਈਵਨ ਕਿ ਯੂਨੀਵਰਸਿਟੀ, ਮੈਂ ਹਰ ਇੱਕ ਦਾ ਪ੍ਰੋਸੈਸ ਦੱਸੂੰਗਾ, ਯੂਨੀਵਰਸਿਟੀ ਸਿਮਿਓਕ ਦਾ ਨਹੀਂ, ਯੂਨੀਵਰਸਿਟੀ ਸਿਮਿਓਕ ਦੇ ਵਿੱਚ ਜਾਂ ਯੂਨੀਵਰਸਿਟੀ ਹੋਰਾਂ ਦੇ ਵਿੱਚ ਵੀ ਆਪਾਂ ਪ੍ਰੋਸੈਸ ਦੱਸਾਂਗੇ ਕਿਹੜੀ ਯੂਨੀਵਰਸਿਟੀ ਦਾ ਕੀ ਪ੍ਰੋਸੈਸ ਹੈ। ਬਟ ਮੈਂ ਤੁਹਾਨੂੰ ਇਹੀ ਦੱਸਿਆ ਕਿ ਇਸ ਯੂਨੀਵਰਸਿਟੀ ਦੇ ਵਿੱਚ ਜਿੰਨਾ ਵੀ ਪ੍ਰੋਸੈਸ ਹੈ ਉਹ ਸਾਰਾ ਆਪਾਂ ਔਨਲਾਈਨ ਹੀ ਅਪਲਾਈ ਕਰਨਾ ਹੈ। ਆਪ ਪੰਗਾ ਨਾ ਲਿਓ, ਜੇ ਪੰਗਾ ਲਉਂਗੇ ਉਸ ਤੋਂ ਬਾਅਦ ਸਾਡੇ ਕੋਲ ਨਾ ਆਇਓ, ਕਿਉਂਕਿ ਤੁਹਾਡੀ ਐਪਲੀਕੇਸ਼ਨ ਆਲਰੇਡੀ ਚਲੀ ਜਾਊਗੀ। ਜੇ ਤੁਹਾਡੀ ਐਪਲੀਕੇਸ਼ਨ ਆਪਣੇ ਆਪ ਤੁਸੀਂ ਅਪਲਾਈ ਕਰਤਾ, ਫਿਰ ਤੁਸੀਂ ਸਾਨੂੰ ਕਹੋਗੇ ਅਪਲਾਈ ਕਰ ਦਿਓ। ਯੂਨੀਵਰਸਿਟੀ ਨੂੰ ਅਸੀਂ ਫਿਰ ਇਹ ਗੱਲ ਨਹੀਂ ਕਹਿ ਸਕਦੇ ਕਿ ਮੈਂ ਇਹ ਅਪਲਾਈ ਕਰ ਰਿਹਾ ਜਾਂ ਸਟੂਡੈਂਟ, ਉਹ ਬੰਦਾ ਡਾਊਟ ਹੋ ਜਾਂਦੇ ਆ। ਦੋ ਚੀਜ਼ਾਂ ਦੇ ਵਿੱਚ ਮੈਂ ਇਹ ਗੱਲ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਆਪ ਨਾ ਅਪਲਾਈ ਕਰੋ, ਬੇਸ਼ੱਕ ਆਪ ਅਪਲਾਈ ਕਰਿਓ, ਬੇਸ਼ੱਕ ਆਪ ਅਪਲਾਈ ਕਰਿਓ, ਬਟ ਮੈਂ ਇਹ ਗੱਲ ਕਲੀਅਰ ਕਹਿਣਾ ਕਿ ਜੇ ਤੁਸੀਂ ਸਾਡੇ ਕੋਲ ਆਓਗੇ ਫਿਰ ਸਾਡੇ ਕੋਲ ਆਇਓ, ਬਟ ਤੁਹਾਡੇ ਕੋਲ ਦੁਬਾਰਾ ਓਪਰਚੁਨਿਟੀ ਨਹੀਂ ਰਹਿੰਦੀ ਕਿ ਮੈਂ ਇਸ ਯੂਨੀਵਰਸਿਟੀ ਵਿੱਚ ਦੁਬਾਰਾ ਅਪਲਾਈ ਕਰਾਂ। ਕਿਉਂਕਿ ਉਸਦਾ ਰੀਜ਼ਨ ਕੀ ਹੈ, ਕਿਉਂਕਿ ਤੁਹਾਡੀ ਪ੍ਰੋਫਾਈਲ ਯੂਨੀਵਰਸਿਟੀ ਕੋਲ ਆਲਰੇਡੀ ਚਲੀ ਗਈ, ਤੁਸੀਂ ਦੁਬਾਰਾ ਸਾਡੇ ਕੋਲ ਅਪਲਾਈ ਕਰਾਓਗੇ, ਫਿਰ ਯੂਨੀਵਰਸਿਟੀ ਕਹੂਗੀ ਕਿ ਇਹ ਬੰਦੇ ਨੇ ਪਹਿਲਾਂ ਤਾਂ ਆਪ ਅਪਲਾਈ ਕੀਤਾ, ਫਿਰ ਇਹ ਏਜੰਟ ਦੇ ਥਰੂ ਅਪਲਾਈ ਕਰਾ ਰਿਹਾ, ਇਸ ਬੰਦੇ ਸਾਨੂੰ ਬੰਦਾ ਝੂਠ ਕਿਉਂ ਮਾਰ ਰਿਹਾ, ਕੀ ਪਤਾ ਹੁਣ ਵੀ ਆਪ ਅਪਲਾਈ ਕਰ ਰਿਹਾ ਹੋਵੇ। ਸੋ ਇਸ ਚੀਜ਼ ਨੂੰ ਡਾਊਟਫੁੱਲ ਕ੍ਰੀਏਸ਼ਨ ਨਹੀਂ ਕਰਨੀ, ਪਲੀਜ਼ ਇਹ ਤੁਹਾਨੂੰ ਰਿਕੁਐਸਟ ਹੈ। ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਕਿ ਬੇਸ਼ੱਕ ਆਪ ਅਪਲਾਈ ਕਰੋ, ਬਟ ਕਿਸੇ ਵੀ ਦੁਬਾਰਾ ਨਾ ਕਰਿਓ ਯਾਰ ਜੇ ਮੇਰਾ ਨਹੀਂ ਹੋਇਆ। ਬਟ ਮੈਂ ਤੁਹਾਨੂੰ ਸੱਚਾਈ ਦੱਸਤੀ ਕਿ ਇਹ ਸਲਿਊਸ਼ਨ ਹੈ। ਟਿਊਸ਼ਨ ਫੀਸ ਇਸ ਦੀ ਯੂਨੀਵਰਸਿਟੀ ਦੀ ਇੱਕ ਸਾਲ ਦੀ ਫੀਸ ਪੇ ਕਰਨੀ ਹੈ, 3.5 ਤੋਂ ਲੈ ਕੇ 4 ਲੱਖ ਰੁਪਇਆ ਟਿਊਸ਼ਨ ਫੀਸ ਪੇ ਕਰਨੀ ਹੈ। ਕੋਈ ਵੀ ਆਪਣੀ ਯੂਨੀਵਰਸਿਟੀ ਦੀ ਇੰਟਰਵਿਊ ਨਹੀਂ ਹੋ, ਕੋਈ ਯੂਨੀਵਰਸਿਟੀ ਦੀ ਇੰਟਰਵਿਊ ਨਹੀਂ ਆਉਂਦੀ, ਅੰਬੈਸੀ ਦੀ ਇੰਟਰਵਿਊ ਵੀ ਕੋਈ ਵੀ ਨਹੀਂ ਆਉਂਦੀ, ਅਤੇ ਬਹੁਤ ਹੀ ਵਧੀਆ ਯੂਨੀਵਰਸਿਟੀ ਹੈ ਐਂਡ ਪ੍ਰਾਈਵੇਟ ਯੂਨੀਵਰਸਿਟੀ ਹੈ, ਸਰਕਾਰੀ ਯੂਨੀਵਰਸਿਟੀ ਇਹ ਨਹੀਂ ਹੈਗੀ। ਐਂਡ ਇਸ ਦੇ ਨਾਲ ਨਾਲ ਤੁਸੀਂ ਕੋਰੀਅਨ ਲੈਂਗੁਏਜ ਦੇ ਵਿੱਚ ਐਡਮਿਸ਼ਨ ਲਓਗੇ, ਜਿਹੜਾ ਕਿ D4 ਵੀਜ਼ਾ ਹੁੰਦਾ। ਮੈਂ ਤੁਹਾਨੂੰ ਇਹ ਗੱਲ ਦੁਬਾਰਾ ਦੱਸ ਚੁੱਕਿਆ ਕਿ ਜਿੰਨਾ ਮਰਜ਼ੀ ਗੈਪ ਹੈ, ਜਿੰਨਾ ਮਰਜ਼ੀ ਕੋਈ ਪ੍ਰੋਬਲਮ ਹੈ, ਕਿਸੇ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਇਸ ਚੀਜ਼ ਬਾਰੇ ਨਹੀਂ ਹੁੰਦੀ। ਹੁਣ ਮੈਂ ਹਰ ਇੱਕ ਚੀਜ਼ ਤੁਹਾਨੂੰ ਵੀਡੀਓ ਦੇ ਵਿੱਚ ਐਕਸਪਲੇਨ ਨਹੀਂ ਕਰ ਸਕਦਾ। ਮੈਂ ਹੁਣ ਜਿਵੇਂ ਮੈਂ ਤੁਹਾਨੂੰ ਦੱਸਾਂ ਕਿ ਮੇਰੀ ਯੂਨੀਵਰਸਿਟੀ ਨਾਲ ਆਹ ਟਾਈ ਅਪ ਹੈ, ਫਲਾਨਾ ਜਾਂ ਉਹ ਆ, ਮੈਂ ਇੱਕ ਯਕੀਨ 'ਤੇ ਇਹ ਗੱਲ ਕਹਿ ਰਿਹਾ ਕਿ ਜੇ ਤੁਹਾਨੂੰ ਮੇਰੇ 'ਤੇ ਯਕੀਨ ਹੈਗਾ ਤਾਂ ਆਪਣਾ ਪ੍ਰੋਸੈਸ ਸਟਾਰਟ ਕਰਵਾਓ। ਜੇ ਮੇਰੇ 'ਤੇ ਯਕੀਨ ਨਹੀਂ ਹੈਗਾ, ਇੱਥੇ ਬਹੁਤ ਏਜੰਟ ਨੇ ਜਿਹੜੇ ਤੁਹਾਨੂੰ ਯੂਨੀਵਰਸਿਟੀਆਂ ਬਾਰੇ ਦੱਸਣਗੇ, ਤੁਸੀਂ ਉਹਨਾਂ ਤੋਂ ਅਪਲਾਈ ਕਰਾ ਸਕਦੇ ਹੋ ਜਿਹੜੇ ਏਜੰਟ ਤੁਹਾਨੂੰ ਵਾਕਈ ਹੀ ਯੂਨੀਵਰਸਿਟੀ ਦਾ ਨਾਮ ਲੈ ਕੇ ਉਹ ਯੂਨੀਵਰਸਿਟੀ ਦਾ ਸਟੈਪ ਦੱਸਣ, ਕਿਉਂਕਿ ਜੇ ਉਹਨਾਂ ਨੂੰ ਨੌਲੇਜ ਹੈਗੀ ਹੈ ਤਾਂ। ਮੈਂ ਇੱਥੇ ਅੱਜ ਪਛਾਣ ਦੀ ਬਣਾਈ ਹੈ, ਕੱਲ੍ਹ ਨੂੰ ਮੈਂ ਸਿਮਿਓਕ ਦੀ ਬਣਾਈ ਹੈ, ਕੱਲ੍ਹ ਨੂੰ ਪਛਾਣ ਬਾਰੇ ਬਣਾਊਂਗਾ, ਮੈਂ ਕੱਲ੍ਹ ਨੂੰ ਮੈਂ ਹੋਰ ਯੂਨੀਵਰਸਿਟੀ ਬਾਰੇ ਬਣਾਊਂਗਾ, ਕਿਉਂਕਿ ਮੈਂ ਇਕੱਲੀ ਇਕੱਲੀ ਯੂਨੀਵਰਸਿਟੀ ਦੇ ਵਿੱਚ ਪ੍ਰੋਪਰ ਹੀ ਡੀਪਲੀ 'ਚ ਡੀਲ ਕਰਦਾ। ਪਰ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਦੱਸਦਾ, ਇਹ ਯੂਨੀਵਰਸਿਟੀ ਇੱਕ ਝੂਠ, ਇਹਨਾਂ ਨੂੰ ਜਮ੍ਹਾਂ ਪਸੰਦ ਨਹੀਂ, ਬਿਲਕੁਲ ਪਸੰਦ ਨਹੀਂ। ਜੇ ਇਹਨਾਂ ਨੇ ਇੱਕ ਸਟੂਡੈਂਟ ਨੂੰ ਨਾ ਕਹਿਤਾ ਨਾ, ਤਾਂ ਉਹ ਨਾ ਹੈ, ਉਹ ਹਾਂ ਕਦੇ ਜ਼ਿੰਦਗੀ 'ਚ ਨਹੀਂ ਹੋ ਸਕਦਾ। ਤੁਸੀਂ ਚਾਹੇ ਜਿੰਨਾ ਮਰਜ਼ੀ ਕੁਛ ਉਹ ਕਰ ਦਿਓ। ਸੈਕਿੰਡਲੀ, ਇਸ ਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਾਂ ਕਿ ਜਿਹੜੇ ਸਟੂਡੈਂਟ ਜੈਨੂਅਨ ਨੇ, ਇਕੱਲੇ ਪੜ੍ਹਨ ਵਾਲੇ ਹੈ, ਸਿਰਫ ਉਹੀ ਅਪਲਾਈ ਕਰਿਓ, ਦੂਜੇ ਤੁਸੀਂ ਬਿਲਕੁਲ ਵੀ ਅਪਲਾਈ ਨਹੀਂ ਕਰ ਸਕਦੇ। ਅਤੇ ਬਾਕੀ ਆਪਾਂ ਵੀਡੀਓ ਲੈ ਕੇ ਆਵਾਂਗੇ ਹੋਰ, ਚੈਨਲ ਸਬਸਕ੍ਰਾਈਬ, ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ। ਥੈਂਕ ਯੂ।